ਹਾਂਜੀ ਕਿਰਨਜੀਤ ਕੌਰ ਜੀ, ਕਦੋਂ ਹੋਇਆ ਸੀ ਤੁਹਾਡਾ ਮਿੰਨੀ ਗੈਸਟ੍ਰਿਕ ਬਾਈਪਾਸ? ਹਾਂਜੀ ਮੈਮ, ਮੈਨੂੰ 12 ਮਹੀਨੇ ਹੋ ਗਏ ਆਪਰੇਸ਼ਨ ਕਰਵਾਏ ਨੂੰ। ਓਕੇ, ਅਤੇ ਕਿੰਨਾ ਵੇਟ ਸੀ ਤੁਹਾਡਾ ਆਪਰੇਸ਼ਨ ਪਹਿਲਾਂ? 1.64 ਸੀ ਮੈਮ ਮੇਰਾ। 1.64, ਹਾਂਜੀ। ਅਤੇ ਅੱਜ ਕਿੰਨਾ ਹੈ? 93 ਆਲਮੋਸਟ 71 ਕੇਜੀ ਘੱਟ ਗਿਆ ਨਾ ਤੁਹਾਡਾ, 71 ਕਿਲੋ ਘੱਟ ਗਿਆ। ਹਾਂਜੀ ਮੈਮ। ਓਕੇ, ਕੀ ਪ੍ਰੋਬਲਮਸ ਆਉਂਦੀਆਂ ਸੀ ਆਪਰੇਸ਼ਨ ਤੋਂ ਪਹਿਲਾਂ? ਬਹੁਤ ਜ਼ਿਆਦਾ ਆਉਂਦੀਆਂ ਸੀ ਮੈਮ, ਤੁਰਿਆ ਨਹੀਂ ਸੀ ਜਾਂਦਾ ਵੀ, ਸਾਰੇ ਸਰੀਰ 'ਚ ਬਦਨ ਦਰਦ ਵੀ ਕਰਦਾ ਸੀਗਾ, ਮੋਟਾਪੇ ਬਹੁਤ ਜ਼ਿਆਦਾ ਸੀਗਾ, ਪ੍ਰੋਬਲਮ ਸੀ, ਸ਼ੂਗਰ ਸੀ, ਸ਼ੂਗਰ ਦੇ ਜ਼ਿਆਦਾ ਹੀ ਸੀ, ਬਲੱਡ ਦੀ ਬੀਪੀ ਦੀ ਬਹੁਤ ਜ਼ਿਆਦਾ ਸੀ, ਯਾਨੀ ਕਿ ਸਾਹ ਵੀ ਚੜ੍ਹਦਾ, ਹਾਂਜੀ ਤੁਰਿਆ ਵੀ ਨਹੀਂ ਜਾਣਾ, ਘਰਾੜੇ ਵੀ ਵੱਜਦੇ ਸੀ ਰਾਤ। ਹਾਂਜੀ ਬਹੁਤ ਜ਼ਿਆਦਾ। ਸਲੀਪ ਐਪਨੀਆ ਦੀ ਵੀ ਪ੍ਰੋਬਲਮ ਸੀ, ਹੈ ਨਾ? ਹਾਂਜੀ ਹਾਂਜੀ। ਤੇ ਸ਼ੂਗਰ ਲਈ ਤੁਸੀਂ ਗੋਲੀਆਂ ਲੈਂਦੇ ਸੀ? ਹਾਂਜੀ ਸ਼ੂਗਰ ਲਈ ਮੈਂ। ਇਹ ਕਦੋਂ ਠੀਕ ਹੋ ਗਈ ਸ਼ੂਗਰ? ਹਾਂਜੀ ਆਪਰੇਸ਼ਨ ਕਰਵਾਤਾ ਮੈਂ, ਕੁਛ ਵੀ ਸ਼ੂਗਰ ਵਗੈਰਾ ਦੀ ਦਵਾਈ ਨਹੀਂ ਲਈ। ਠੀਕ ਹੈ, ਹੁਣ ਕਿੰਨਾ ਫਰਕ ਮਹਿਸੂਸ ਕਰਦੇ ਹੋ? ਬਹੁਤ ਜ਼ਿਆਦਾ ਮੈਂ। ਹੁਣ ਚੱਲਣ ਫਿਰਨ 'ਚ ਕੋਈ ਤਕਲੀਫ ਤਾਂ ਨਹੀਂ? ਬਹੁਤ ਵਧੀਆ ਇੰਜੋਏ ਜ਼ਿੰਦਗੀ। ਓਕੇ, ਅਤੇ ਹੁਣ ਡਾਇਟ ਕਿੱਦਾਂ ਚੱਲਦੀ? ਕਿੰਨੇ ਫੁਲਕੇ ਲੈ ਲੈਂਦੇ ਹੋ? ਬਸ 1.5 ਫੁਲਕਾ ਵੀ ਲੈ ਲੈਂਦਾ ਮੈਂ। ਚਿਕਨ ਨਾਨ ਵੈਜ ਲੈ ਰਹੇ ਹੋ? ਹਾਂਜੀ ਹਾਂਜੀ। ਠੀਕ ਹੈ, ਡਾਇਟ ਤੁਸੀਂ ਆਪਣੀ ਇੱਦਾਂ ਵਧੀਆ ਰੱਖਣੀ ਆ। ਠੀਕ, ਦੁੱਧ ਦਹੀਂ ਲੱਸੀ ਕੱਚਾ ਪਨੀਰ ਫਰੂਟਸ ਵੈਜ ਨਾਨ ਵੈਜ ਇਹ ਲੈਂਦੇ ਰਹੇ ਹੋ? ਠੀਕ। ਔਰ ਖਾਣਾ ਖਾਣ ਤੋਂ ਬਾਅਦ ਵੋਮਿਟਿੰਗ ਵਗੈਰਾ ਉਲਟੀ ਵਗੈਰਾ ਤਾਂ ਨਹੀਂ ਆਉਂਦੀ? ਨਹੀਂ ਮੈਮ, ਉਹ ਨਹੀਂ। ਠੀਕ ਹੈ ਠੀਕ ਹੈ, ਤੁਸੀਂ ਆਪਣੀ ਡਾਇਟ ਵਧੀਆ ਰੱਖਣੀ ਹੈ। ਔਰ ਮਲਟੀ ਵਾਈਟਮਿਨਸ ਲੈ ਰਹੇ ਹੋ? ਠੀਕ ਹੈ ਮੈਂ, ਹਾਂਜੀ। ਠੀਕ ਹੈ, ਉਹ ਵੀ ਤੁਸੀਂ ਰੈਗੂਲਰ ਰੱਖਿਓ। ਔਰ ਸਾਲ ਵਿੱਚ ਇੱਕ ਵਾਰ ਆਪਣੇ ਬਲੱਡ ਦੇ ਟੈਸਟ ਸ਼ੁਰੂ ਕਰਵਾ ਲਓ, ਤਾਂ ਕਿ ਅਗਰ ਕੋਈ ਕਮੀ ਪੇਸ਼ੀ ਆਈ ਹੋਵੇ ਸਰੀਰ ਵਿੱਚ ਤਾਂ ਆਪਾਂ ਨੂੰ ਪਤਾ ਲੱਗਦਾ ਹੈ। ਠੀਕ ਹੈ। ਓਕੇ, ਥੈਂਕ ਯੂ।